पेश करते ने सेवक साजन कंपनी लोको सेव तो कीर्तन दी एक कैसेट प्रसंग भाई लैणा जी का कीर्तनी जथा भाई किंदर सिंह भाई सिंदर सिंह तन कर्म वाले देखे कोई कोई बेच बंदे आतीन इमान बोते संग शर्म वाले देखे कोई कोई जीवन जेल बांगू बीते बातें ते सफल जर्म वाले देखे कोई कोई मीम करके तू दरबार सिंगार ते जल बे बरम वाले देखे कोई कोई ए तुक बोल के सिर ते रासन चक लिया गुरु के सेतर दा करतारपुर पहुंच गए अगे सतगुरु जी करे नहीं सी माता सुलखणी तो पुछया गुरु के लंगर च रासन पाता माता जी सतगुरु जी कित्थे आ माता जी कहन लगे गुरमुखा सतगुरु जी तां लंगर दी सेवा करा रहे आ धान संगत गुड्डन वास्ते आई है उत्थे है तां लैणा जी तां गुरसंगत जीओ महाराज कोले पहुंच गए ते महाराज जी ने बुक्कल च लिया कहिंदे सुना प्यारे आ गया हाँ महाराज जी मेरा मन तां सोडे चरणा च ही सी एक सोडा हुकम बजाउण गया सी महाराज मैनू भी आख्या दिओ मैं भी आ कर्मां वाले सिखां दे नाल सेवा करां तन है तेरे सिख जिहड़े तेरी नज़र थले है महाराज दे हाँ सिखा तू भी कर ला सेवा लैणा जी ने सेवा तां की करनी सी प्यारे ओ सानू दसना सी भी हत्थी सेवा करन नाल मन नीवा हुंदा हत्थी सेवा करनी नीवा होके एक तप है महाराज ने फिर हाक मार ली कहिंदे लैणा ए तेरी ड्यूटी नहीं प्यारे आ इउं कर गऊआं वास्ते घा लै जा घरे महाराज जी ने पंड बन के घा दी लैणा जी नूं चकाती आ ते मगरी आप तुर पे जदों घा दी पंड गुआं मूहरे सिटी ते लैणा जी दे रेशमी जामा पाया सी ते सिटे जामे ते पए माता सुलखणी कहिंदी स्वामी जी सोडा किहो जिहा सुभा वेखो अमीर पुत्र है किसे बादशाह दा साहिबजादा लगदा ते तुसी घा दी पंड चकाती इन्हां नूं गां नूं क्यों आया करनगे इह जे सिख होर थोड़े सेवक सीगे महाराज हस पे कहिंदे कर्मां वालिए तैनूं इस भेत दा नहीं पता तैनूं घा दी पंड लगदी आ इह घा दी पंड नहीं इह तां त्रिलोकी दा सतर आ जिहनूं तूं चिकड़ क्या एक केसर क्यौड़ा है ए पंड नूं मैं होर कीरे सिर ते रखदा मैनू चकन वाला कोई दिसया ही नहीं गा महाराज रमज मार गए इस बात नूं माता जी भी समझ गए लैणा जी ने महाराज जी दे चरणा ते उठ के नमस्कार कीती तन है सच्चे पातशाह तन है तेरा बिरध दिन रात सेवा च बतीत करता उधर देवी का संग करन गए सारा संग नाल दा वो वापस आ गया कहिंदे लैणा जी आओ चल गए हुण नगरां नूं वो कहिंदे प्यारिओ सानू तां घर मिल गया तुसी हुण जाओ
ਸਾਡੀ ਯਾਤਰਾ ਮਨਜ਼ੂਰ ਹੋ ਗਈ। ਸਾਨੂੰ ਕਾਬਾ ਮਿਲ ਗਿਆ, ਦਿਲ ਦੀ ਨਮਾਜ਼ ਮਿਲ ਚੁੱਕੀ ਹੈ। ਅਸੀਂ ਸੌਦਾ ਕਰ ਲਿਆ, ਕਹਿੰਦੇ ਪਿਆਰੇ ਉਹ ਸੌਦਾ ਕਾਹਦਾ ਕਰ ਲਿਆ ਲੈਣਾ ਜੀ, ਕਹਿੰਦੇ ਸਤਿਗੁਰੂ ਦੇ ਦਰਸ਼ਨ ਦਾ ਅਤੇ ਦਿੱਤਾ ਕੀ ਆ ਇਹਨਾਂ ਨੂੰ ਦਿੱਤਾ, ਕਹਿੰਦੇ ਊਂ ਤਾਂ ਮੇਰੇ ਕੋਲ ਹੈ ਨਹੀਂ ਕੀਮਤ, ਆਹ ਦਿਲ ਹੈ ਜੇ ਮਨਜ਼ੂਰ ਕਰ ਲੈਣ ਤਾਂ। ਕੀਰਤਨ ਹਰ ਰੋਜ਼ ਸੁਣਦਾ ਸੀ ਗੁਰੂ ਅੰਗਦ ਦੇਵ ਜੀ, ਔਰ ਸਿੱਖਾਂ ਨੂੰ ਰਮਜ ਵਿੱਚ ਕਿਹਾ ਪੇਪਰ ਬਾਨੂੰ ਦਿਲ ਦੇ ਕੇ ਅਸੀਂ ਦੀ ਦਸੋਦਾ ਕਰ ਸਭ ਠੱਪ ਕਰ ਦੇ ਇੱਕੋ ਅਲਫ ਪੁਕਾਲਾ ਚੁੱਪ ਕਰਕੇ ਤੇ ਪੂਜਾ ਪਵੇ ਨਾ ਕਿਸੇ ਦੀ ਹੋਰ ਕਰਨੀ ਚਾਹੁਣਾ ਜਿੱਤਣਾ ਜੇ ਸਾਰੀ ਦੁਨੀਆ ਨੂੰ ਕੋਈ ਮਨ ਸਮਝਾਦਾ ਚੁੱਪ ਕਰਕੇ ਦਿਲ ਉਰੀ ਦੇ ਸਤਿਗੁਰੂ ਦੀ ਦਰਬਾਰ ਸੰਗਾ ਤਸਵੀਰ ਮਸਾਲਾ ਚੁੱਪ ਕਰਕੇ ਪੇਪਰ ਬਾਨੂੰ ਦਿਲ ਦੇ ਕੇ ਅਸੀਂ ਪੜ੍ਹਨਾ ਪੜ੍ਹਾਉਣਾ ਸਮਾਪਤ ਹੋ ਗਿਆ ਪਿਆਰੇ ਲੈਣਾ ਜੀ। ਸਾਰੇ ਸੰਗ ਨੂੰ ਬੜੇ ਪ੍ਰੇਮ ਨਾਲ ਤੋਰਨ ਆਏ ਅਤੇ ਵਾਪਸ ਮੁੜ ਗਏ। ਇੱਕ ਦਿਨ ਲੈਣਾ ਜੀ ਕੀ ਵੇਖ ਰਹੇ ਆ ਕਿ ਮਹਾਰਾਜ ਜੀ ਦੇ ਐਂ ਪਏ ਆ ਅਤੇ ਚਰਨ ਹਿੱਲੀ ਜਾ ਰਹੇ ਆ। ਜਦੋਂ ਮਹਾਰਾਜ ਜੀ ਉੱਠ ਕੇ ਬਿਰਾਜਮਾਨ ਹੋਏ, ਲੈਣੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਉਹ ਅੱਜ ਮੈਂ ਇੱਕ ਕੌਤਕ ਵੇਖਿਆ, ਤੁਸੀਂ ਆਰਾਮ ਕਰ ਰਹੇ ਸੀ ਜਿਸ ਵੇਲੇ ਤੁਹਾਡੇ ਮਹਾਰਾਜ ਜੀ ਚਰਨ ਹਿਲਦੇ ਸੀ। ਕਹਿੰਦੇ ਇਉਂ ਹੈ ਅੰਗਦ ਜੀ, ਗੁਪਤ ਹਸਤੀਆਂ ਨਾ ਉਹ ਸੇਵਾ ਕਰਨ ਆਉਂਦੀਆਂ, ਦਰਸ਼ਨ ਕਰਨ ਆਉਂਦੀਆਂ, ਅਤੇ ਤੈਨੂੰ ਉਹਨਾਂ ਹਸਤੀਆਂ ਦੇ ਦਰਸ਼ਨ ਵੀ ਹੋਇਆ ਕਰਨਗੇ। ਹੁਣ ਮਾਤਾ ਸੁਲੱਖਣੀ ਵੀ ਸਮਝ ਗਏ, ਜਿਹੜੇ ਹਰ ਵੇਲੇ ਕੋਲੇ ਰੱਖਦੇ ਹੈ, ਵੀ ਇਹਨਾਂ ਨੂੰ ਮਹਾਰਾਜ ਜੀ ਜ਼ਰੂਰ ਆਪਦਾ ਅੰਗ ਬਣਾਉਣਗੇ। ਮਾਤਾ ਜੀ ਨੇ ਬੇਨਤੀ ਕਰਤੀ, ਸੱਚੇ ਪਾਤਸ਼ਾਹ ਪੁੱਤਰਾਂ ਵੱਲ ਵੀ ਨਜ਼ਰ ਰੱਖਿਓ। ਮਹਾਰਾਜ ਕਹਿੰਦੇ ਕਰਮਾਂ ਵਾਲੀਏ, ਇਹ ਤਾਂ ਕੋਈ ਦੁਨਿਆਵੀ ਮਰਤਬਾ ਨਹੀਂ ਗਾ, ਇਹ ਤਾਂ ਦਾਤ ਹੈ ਦਾਤੇ ਦੀ,
ਉਹਦੇ ਹੱਥ ਹੈ ਵਡਿਆਈਆਂ। ਅਸੀਂ ਸੋਨੂੰ ਵਿਖਾ ਕੇ ਸਭ ਕੁਛ ਹੀ ਫੇਰ ਨਿਰਣਾ ਕਰਾਂਗੇ। ਇੱਕ ਦਿਨ ਕਹਿੰਦੇ ਆਸ਼ਰਮ ਦੇ ਵਿੱਚ ਇੱਕ ਜਾਨਵਰ ਮ੍ਰਿਤੂ ਹੋਇਆ ਪਿਆ ਤੇ ਮਾਤਾ ਸੁਲੱਖਣੀ ਜੀ ਵੇਖ ਰਹੇ ਆ, ਸ੍ਰੀ ਚੰਦ ਜੀ ਆ ਰਹੇ। ਕਹਿੰਦੇ ਬੇਟਾ। ਹਾਂ ਮਹਾਰਾਜ। ਕਹਿੰਦੇ ਆ ਜਾਨਵਰ ਚੱਕ ਕੇ ਪਰਾਂ ਸੇਮ ਸਿੱਟਿਓ। ਉਹ ਕਹਿੰਦੇ ਜੀ ਇੱਥੇ ਵਾਹ ਹੋਰ ਸੇਵਾਦਾਰ ਹੋਣਗੇ, ਉਹਨਾਂ ਨੂੰ ਕਹਿ ਦਿਓ ਸਾਨੂੰ ਕੰਮ। ਫਿਰ ਲਖਮੀ ਦਾਸ ਨੂੰ ਕਿਹਾ, ਲਖਮੀ ਦਾਸ ਜੀ ਆਹ ਕਹਿੰਦੇ ਬੇਟਾ ਜਾਨਵਰ ਚੱਕ ਕੇ ਪਰਾਂ ਸਿੱਟ ਦਿਓ। ਉਹ ਕਹਿੰਦੇ ਜੀ ਸਤਿਗੁਰ ਦੇ ਸਾਹਿਬਜ਼ਾਦੇ ਹੋ ਕੇ ਸਾਥੋਂ ਹੀ ਇਹੋ ਜਿਹਾ ਕੰਮ ਕਰਾਉਣਾ। ਫਿਰ ਅੰਗਦ ਦੇਵ ਨੂੰ ਕਿਹਾ, ਅੰਗਦ। ਹਾਂ ਸਵਾਮੀ ਜੀ। ਕਹਿੰਦੇ ਬੇਟਾ ਜਾਨਵਰ ਸਿੱਟ ਦਿਓ ਚੱਕ ਕੇ। ਸਤ ਵਚਨ ਕਹਿ ਕੇ ਕਹਿਣ ਨਹੀਂ ਦਿੱਤਾ, ਪਹਿਲਾਂ ਚੱਕ ਕੇ ਜਾਨਵਰ ਨੂੰ ਸਿੱਟਿਆ। ਇਹ ਸਤਿਗੁਰੂ ਜੀ ਵੇਖਦੇ ਹੁੰਦੇ ਆ। ਲੋਕੋ ਸਾਹਿਬ ਦੀ ਸਾਨੂੰ ਬਾਤ ਸੁਣਾਈਏ। ਸਤਿਗੁਰੂ ਜੀ ਆਸ਼ਰਮ ਦੇ ਵਿੱਚ ਘੁੰਮਦੇ ਫਿਰਦੇ ਸੀ ਅਤੇ ਮੈਨੂੰ ਮਾਈਆਂ ਇੱਧਰੋਂ ਭਾਗੀਕਿਆਂ ਤੋਂ ਸੀ, ਉਹਨਾਂ ਨੇ ਮਹਾਰਾਜ ਦੀ ਇਹ ਸਾਖੀ ਸੁਣਾਈ। ਕਹਿੰਦੇ ਗਿੰਦਰ, ਮਹਾਰਾਜ ਜੀ ਦੇ ਅਸੀਂ ਮਗਰ ਤੁਰੇ ਅੱਜੇ ਅਤੇ ਮੂਹਰੇ ਤੋਤਾ ਪਿਆ ਹੈ, ਮ੍ਰਿਤੂ ਹੋਇਆ। ਅਤੇ ਮਹਾਰਾਜ ਨੇ ਇਸ਼ਾਰਾ ਕੀਤਾ ਵੀ ਸਿੱਖੋ, ਐਂ ਕਿਹਾ ਉਹਨਾਂ ਨੇ। ਅਖੇ ਇਹਨੂੰ ਸਿੱਟਿਆ ਉੱਪਰਾਂ ਚੱਕ। ਇੱਕ ਮਾਈ ਨੇ ਦੱਸਿਆ, ਕਹਿੰਦੇ ਗਿੰਦਰ ਮੈਂ ਤੋਤਾ ਚੱਕ ਲਿਆ, ਜਦੋਂ ਸੇਮ ਸਿੱਟਣ ਲੱਗੀ ਨਾ ਉਹ ਫਰ ਕਰਕੇ ਉੱਡ ਗਿਆ। ਹੈ ਜਗ ਜੀਵਨ ਦਾਤਾ। ਮਾਤਾ ਸੁਲੱਖਣੀ ਨੂੰ ਮਹਾਰਾਜ ਨੇ ਵਿਖਾਉਣਾ ਸੀ। ਥੋੜ੍ਹੇ ਦਿਨ ਬਾਅਦ ਮਹਾਰਾਜ ਜੀ ਨੇ ਕਟੋਰਾ ਸੀ ਕਾਂਸੀ ਦਾ, ਉਹ ਚਿੱਕੜ ਸਿੱਟ ਦਿੱਤਾ। ਦੋਹਾਂ ਸਾਹਿਬਜ਼ਾਦਿਆਂ ਨੂੰ ਕਿਹਾ, ਉਹਨਾਂ ਨੇ ਬੜੇ ਸੋਹਣੇ ਜਵਾਬ ਦਿੱਤੇ। ਕਹਿੰਦੇ ਜੀ ਤਾਂ ਦੱਸੋ, ਦੋ ਪਹਿਣ ਦਾ ਕਟੋਰਾ, ਅਸੀਂ ਤੁਹਾਡੇ ਆਖੇ ਲੀੜੇ ਭਿਉਣ ਗਏ। ਆਹ ਹੋਰ ਥੋੜ੍ਹੇ ਸੇਵਾਦਾਰ ਫਿਰਦੇ ਆ। ਸੇਵਾਦਾਰ ਨਹੀਂ ਕਿਹਾ ਉਹਨਾਂ ਨੇ, ਹੋਰ ਹੀ ਲਫ਼ਜ਼ ਵਰਤਿਆ। ਲੈਣਾ ਜੀ ਵਾਲਾ ਸਾਰਾ ਕੀਤਾ, ਸਣੇ ਰੇਸ਼ਮੀ ਚੋਲੇ ਸਾਲ ਮਾਰੀ। ਉਹਨਾਂ ਨੂੰ ਤਾਂ ਹੁਕਮ ਪਾਲਣ ਦੀ ਸੀ। ਸਤਿਗੁਰੂ ਜੀ ਨੇ ਫਿਰ ਹੋਰ ਨਜ਼ਾਰਾ ਵਿਖਾਇਆ। ਇੱਕ ਦਿਨ ਅੰਮ੍ਰਿਤ ਵੇਲੇ ਦਾ ਟਾਈਮ ਹੈ, 16 ਸਾਲ ਦੀ ਕੰਨਿਆ ਸੂਹੇ ਸੂਹੇ ਵਸਤਰ ਪਾਏ ਹੈ, ਗੁਰੂ ਨਾਨਕ ਮਹਾਰਾਜ ਦੇ ਦਰ 'ਤੇ ਝਾੜੂ ਦਿੰਦੀ ਫਿਰਦੀ ਹੈ। ਲੈਣਾ ਜੀ ਬੜੇ ਹੈਰਾਨ ਹੋਏ ਵੀ ਇਹ ਤਾਂ ਭਵਾਨੀ ਲੱਗਦੀ ਆ। ਅਸੀਂ ਜਾਂਦੇ ਹੁੰਦੇ ਸੀ ਯਾਤਰਾ ਕਰਨ, ਉੱਥੇ ਸਿਰਫ ਪ੍ਰਤਿਮਾ ਹੀ ਵੇਖੀ ਸੀ, ਫੋਟੋ ਹੀ ਵੇਖੀ ਸੀ, ਆ ਸਾਕਸ਼ਾਤ ਭਵਾਨੀ ਦੇ ਦਰਸ਼ਨ ਹੋ ਗਏ। ਬੜਾ ਪ੍ਰਸੰਨ ਹੋਇਆ। ਕਹਿੰਦਾ, ਮਾਤਾ ਜੀ ਤੁਸੀਂ ਕੌਣ? ਉਹ ਕਹਿੰਦੇ ਜੀ ਮੈਂ ਦੁਰਗਾ ਹਾਂ। ਤੁਸੀਂ ਮਾਤਾ ਜੀ? ਕਹਿੰਦੇ ਉਹ ਹੈ ਲੈਣੇ, ਜੋ ਕਹਿੰਦੇ ਮੇਰਾ ਪ੍ਰਤਾਪ ਹੈ ਨਾ, ਅਸੀਂ ਆਪਦਿਆਂ ਭਗਤਾਂ ਨੂੰ ਪੁੱਤਰ ਧਨ ਦੌਲਤ ਸੁੱਖ ਸੰਮਤੀ ਬਖਸ਼ਦੇ ਹਾਂ। ਆਹੀ ਕਹਿੰਦੇ ਇਹਦੇ ਦਰ 'ਤੇ ਝਾੜੂ ਮਾਰ ਕੇ ਕਿਣਕਾਂ ਲਿਜਾਂਦੇ ਹਾਂ ਅਸੀਂ। ਲੈਣੇ ਨੂੰ ਸੋਝੀ ਆ ਗਈ ਵੀ ਹਾਂ, ਇੱਕ ਦਰਸ਼ਨ ਕਰ ਚੁੱਕਾ ਸੀ ਗੁਪਤ ਹਸਤੀਆਂ ਦੇ, ਬਰਮਾ ਵਿਸ਼ਨੂੰ ਮਹੇਸ਼ ਸਤਿਗੁਰੂ ਦੇ ਦਰ 'ਤੇ ਮਹਾਰਾਜ ਦੀ ਪਰਿਕਰਮਾ ਕਰਕੇ ਇਹਨਾਂ ਨੇ ਨਮਸਕਾਰ ਕੀਤੀ ਅਤੇ ਨਾਏ ਲੈਣਾ ਜੀ ਮਹਾਰਾਜ ਜੀ ਦੇ ਵਾਸਤੇ ਰਾਵੀ ਤੋਂ ਇਸ਼ਨਾਨ ਲੈਣ ਜਾ ਰਹੇ ਹੈ। ਨਾਏ ਦਿਲ ਵਿੱਚ ਗਾਉਂਦੇ ਜਾਂਦੇ ਆ ਵੀ ਆਹ ਵੀ ਹੇ ਵਾਹਿਗੁਰੂ ਮੈਂ ਤੇਰਾ ਧੰਨਵਾਦ ਕਰਾਂ ਕਿ ਗੁਰੂ ਨਾਨਕ ਮਹਾਰਾਜ ਦਾ ਕਰਾਂ, ਪਹਿਲਾਂ ਤੇਰਾ ਹੀ ਧੰਨਵਾਦ ਹੈ ਜਿਸਨੇ ਏਡਾ ਸਤਿਗੁਰੂ ਮਿਲਾਇਆ, ਫਿਰ ਸਤਿਗੁਰੂ ਦਾ ਕਰਾਂ ਜਿਹਨੇ ਬੇਪਰਵਾਹ ਨੂੰ ਮਿਲਾਇਆ। ਅਤੇ ਦਿਲ ਵਿੱਚ ਇਉਂ ਗਾਉਂਦਾ ਜਾਂਦਾ, ਕਰੋ ਸਾਰੇ ਜਾਣੇ ਰਸਨਾ ਪਵਿੱਤਰ। ਨਮਸਕਾਰ ਹੈ ਆਦਿਓਂਕਾਰ ਤਾਈਂ, ਨਮਸਕਾਰ ਹੈ